ਲੁਧਿਆਣਾ ਵਿੱਚ ਪੁਲਿਸ ਨੇ ਮੈਚਾਂ ਤੇ ਸੱਟਾ ਲਾਉਣ ਵਾਲੇ 4 ਸੱਟੇਬਾਜ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਪਾਸੋਂ ਜਾਲੀ ਸਿਮ, ਮੋਬਾਈਲ ਫੋਨ ਤੇ ਨਕਦੀ ਬਰਾਮਦ ਕੀਤੀ। ਲੁਧਿਆਣਾ ਵਿੱਚ ADCP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸੱਟਾਬਾਜ਼ ਮਨਪ੍ਰੀਤ ਉਰਫ ਡੱਬੂ ਸਰਗਣਾ ਦੇ ਹੇਠ ਕੰਮ ਕਰਦੇ 4 ਸੱਟੇਬਾਜ਼ਾਂ ਨੂੰ ਜਾਲੀ ਸਿੰਮਾਂ ਤੇ ਨਕਦੀ ਸਮੇਤ ਹਿਰਾਸਤ ਵਿੱਚ ਲੈ ਲਿਆ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਸੱਟੇਬਾਜ਼ਾਂ ਦੀਆਂ ਤਾਰਾਂ ਹੋਰਾਂ ਸ਼ਹਿਰਾਂ ਵਿਚਾਲੇ ਸੱਟੇਬਾਜ਼ਾਂ ਨਾਲ ਵੀ ਜੁੜੀਆਂ ਹੋਈਆਂ ਹਨ, ਜਿਸ ਕਰਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। SHO ਡਿਵੀਜ਼ਨ ਨੰਬਰ 2 ਸੁਰਿੰਦਰ ਚੋਪੜਾ ਅਤੇ ASI ਕਮਲਦੀਪ, ਇਹ ਇੱਕ ਟੀਮ ਹੈ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਜਿੰਨੇ ਵੀ ਚੋਰ ਠੱਗ ਲੁਟੇਰੇ ਪਲੱਸ ਆ ਜਿਹੜਾ ਕਾਫੀ ਸਮੇਂ ਬਾਅਦ ਸਾਨੂੰ ਹੁਣ ਹੱਥ ਲੱਗਿਆ ਮੈਚ ਫਿਕਸਿੰਗ ਵਾਲਾ, ਇਹ ਮੈਚ ਫਿਕਸਿੰਗ ਕਾਫੀ ਸਾਲਾਂ ਤੋਂ ਕਰਦੇ ਆ ਰਹੇ ਸੀਗੇ। ਤਾਂ ਕੱਲ੍ਹ ਪਾਕਿਸਤਾਨ ਵਰਸਿਸ ਸ਼੍ਰੀਲੰਕਾ ਉਹਦਾ ਮੈਚ ਸੀਗਾ, ਉਹਦੇ 'ਚ ਇਹ ਚਾਰੇ ਜਾਣੇ, ਇਹਨਾਂ ਕੋਲ 6 ਮੋਬਾਈਲ ਸੀਗੇ, 1 LCD ਸੀ। ਜਿਹੜੇ ਕੋਈ ਇਹਨਾਂ ਦੇ ਕਸਟਮਰ ਸੀ ਉਹ ਆਪਣਾ 2000 ਬਦਲੇ 6000 ਇਸ ਤਰ੍ਹਾਂ ਦੀ ਗੇਮ ਸੀਗੀ, ਉਹ ਬੋਲੀ ਬੋਲਦੇ ਸੀ, ਇਹ ਆਪਣੇ ਫੋਨ 'ਤੇ ਰਿਕਾਰਡ ਕਰ ਲੈਂਦੇ ਸੀ। ਤਾਂ ਉਸ ਤੋਂ ਬਾਅਦ ਜਿਵੇਂ ਦੱਸ ਰਹੇ ਨੇ ਵੀ ਜਦੋਂ ਮੈਚ ਖਤਮ ਹੋ ਗਿਆ ਜਿਹਦੇ ਜਿੰਨੇ ਬਣ ਗਏ ਉਸ ਤੋਂ ਬਾਅਦ ਅਸੀਂ ਉਹਨਾਂ ਭੁਗਤਾਨ ਕਰ ਦਿੰਦੇ ਹਾਂ, ਜਿਹਦੇ ਤੋਂ ਲੈਣਾ ਹੁੰਦਾ ਲੈ ਲੈਂਦੇ ਹਾਂ, ਜਿਹਦੇ ਤੋਂ ਦੇਣਾ ਹੁੰਦਾ ਦੇ ਦਿੰਦੇ ਹਾਂ। ਤਾਂ ਇਸ 'ਤੇ ਪੁਲਿਸ ਨੇ 420, 467, 471, 120B ਅਤੇ ਗੈਂਬਲਿੰਗ ਐਕਟ 'ਚ ਕੇਸ ਰਜਿਸਟਰ ਕਰਕੇ ਇਹ ਚਾਰੇ ਬੰਦੇ ਜਿਹੜੇ ਡੱਬੂ, KP, ਰਿੰਕੂ ਅਤੇ ਸਾਗਰ, ਜਿਹੜਾ ਡੱਬੂ ਆ ਇਹਨਾਂ ਦਾ ਹੈੱਡ ਆ, ਜਿਹੜਾ ਰਿੰਕੂ ਆ ਉਹਦੇ ਘਰ 'ਚ ਸਾਰਾ ਕੁਝ ਚੱਲ ਰਿਹਾ ਸੀ। ਲੁਧਿਆਣਾ ਤੋਂ ਰਾਮਕ੍ਰਿਸ਼ਨ ਅਰੋੜਾ ਦੀ ਰਿਪੋਰਟ।